ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਰਮਸ ਸਟੱਡੀ ਬੀਟ ਜੌਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਮਾਨਸਾਂ ਜਿਹੜੀ ਨਾਲ ਜੁੜੀ ਹੋਈ ਅਪਡੇਟ ਆਈ ਹੈ ਜਿਹਦੇ ਵਿੱਚ 26 ਸਕੂਲਾਂ ਦੀ ਮਾਨਤਾ ਜਿਹੜੀ ਰੱਦ ਕਰ ਦਿੱਤੀ ਗਈ ਹੈ ਕਿਉਂ ਰੱਦ ਕੀਤੀ ਗਈ ਹੈ ਕਿਹੜੇ-ਕਿਹੜੇ ਸਕੂਲ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਭੁਖਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 26 ਨਿੱਜੀ ਸਕੂਲਾਂ ਦੀ ਮਾਨਤਾ ੜੀ ਰੱਦ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਬੰਧਤ ਸਕੂਲ ਮੁਖੀਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੱਕ ਪੱਤਰ ਜਾਰੀ ਕਰਕੇ ਮਾਨਤਾ ਰੱਦ ਕਰਨ ਅਤੇ ਜੁਰਮ ਅਗਲੀ ਕਾਰਬਾਲੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਡਾਇਰੈਕਟਰ ਸਿੱਖਿਆ ਭਾਗ ਪੰਜਾਬ ਡਿਪਟੀ ਕਮਿਸ਼ਨਰ ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਜਿਹੜਾ ਭੇਜਿਆ ਗਿਆ ਤਾਂ ਇਹ ਨੋਟੀਫਿਕੇਸ਼ਨ ਹੈ ਜਿਹੜਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਕਮ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਸਮਗ੍ਰ ਸਿੱਖਿਆ ਅਭਿਆਨ ਮਾਨਸਾ ਦੇ ਵੱਲੋਂ ਲਿਖਿਆ ਗਿਆ ਵਿਸ਼ਾ ਜਿਹੜਾ ਸਕੂਲਾਂ ਦੀ ਮਾਨਤਾ ਰੱਦ ਅਤੇ ਜੁਰਮਾਨਾ ਕਰਨ ਦੇ ਸਬੰਧ ਵਿੱਚ ਤਾਂ ਇਹਦੇ ਵਿੱਚ ਪੱਤਰ ਨੰਬਰ ਹਵਾਲਾ ਨੰਬਰ ਵੀ ਦਿੱਤਾ ਗਿਆ ਹੈ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਬੇਸ਼ਾ ਅੰਕਿਤ ਸਰਟੀਫਿਕੇਟ ਆਰਟੀਏ ਦੀ ਨਿਯਮਾਂ ਦੇ ਮੁਤਾਬਕ 30 April ਤੱਕ ਇਸ ਦਫ਼ਤਰ ਨੂੰ ਜਮ੍ਹਾਂ ਕਰਵਾਉਣੇ ਹੁੰਦੇ ਹਨ ਪਰ ਬਹੁਤ ਸਾਰੇ ਸਕੂਲਾਂ ਵੱਲੋਂ ਇਹ ਸਰਟੀਫਿਕੇਟ ਇਸ ਦਫ਼ਤਰ ਨੂੰ ਅਜੇ ਤੱਕ ਜਮ੍ਹਾਂ ਜਿਹੜੇ ਨਹੀਂ ਕਰਵਾਏ ਗਏ ਜੋ ਕਿ ਆਰਟੀਈ ਨਿਯਮਾਂ ਦੀ ਉਲੰਘਣਾ ਹੈ ਇਸ ਸਬੰਧੀ ਇਸ ਦਫ਼ਤਰ ਵੱਲੋਂ ਹਵਾਲਾ ਪੱਤਰ ਰਾਹੀਂ ਆਖਰੀ ਮੌਕਾ ਦਿੰਦੇ ਹੋਏ 17/3/2023 ਤੱਕ ਅਤੇ ਇਸ ਦਫ਼ਤਰ ਦੇ ਪੱਤਰ ਨੰਬਰ 2023/2351 ਮਿਤੀ ਨੂੰ ਜਿਹੜਾ ਜਮਾ ਕਰਵਾਉਣ ਲਈ ਕਿਹਾ ਗਿਆ ਸੀ ਪਰ ਅਜੇ ਤੱਕ ਕਈ ਸਕੂਲਾਂ ਦੇ ਉਹ ਤੋਂ ਸਰਟੀਫਿਕੇਟ ਜਮਾ ਨਹੀਂ ਕਰਵਾਏ ਗਏ ਇਸ ਲਈ ਆਰਟੀਈ ਨਿਯਮਾਂ ਮੁਤਾਬਕ ਜਿਨ੍ਹਾਂ ਸਕੂਲਾਂ ਦੀ ਲਿਸਟ ਜਿਹੜੀ ਇਹਨਾਂ ਨੇ ਜਾਰੀ ਕੀਤੀ ਹੈ 26 ਸਕੂਲ ਨੇ ਨਿਵੇਸ਼ਾ ਅੰਕਿਤ ਸਰਟੀਫਿਕੇਟ ਜਮਾ ਜਿਹੜੇ ਨਹੀਂ ਕਰਵਾਏ ਇਹਨਾਂ ਵਿੱਚੋਂ ਜੋ ਸਕੂਲ ਪੰਜਾਬ ਸਿੱਖਿਆ ਬੋਰਡ ਨਾਲ ਸੰਬੰਧਿਤ ਨੇ ਉਹਨਾਂ ਦੀ ਆਰਟੀ ਐਕਟ 2009 ਅਧੀਨ ਲਈ ਮਾਨਤਾ ਜਿਹੜੀ ਰੱਦ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਸਕੂਲ ਦਾ ਜਿਹੜਾ ਕੋਡ ਹੈ ਉਮਿਤੀ 31 ਤੰਤ 2023 ਨੂੰ ਬੰਦ ਜਿਹੜਾ ਕਰ ਦਿੱਤਾ ਜਾਵੇਗਾ ਜੋ ਸਕੂਲ CBSE ICSE ਨਾਲ ਸੰਬੰਧਿਤ ਨੇ ਉਹਨਾਂ ਨੂੰ ప్రతి ਸਕੂਲ 1 ਲੱਖ ਰੁਪਏ ਜੁਰਮਾਨਾ ਜਿਹੜਾ ਕੀਤਾ ਜਾਂਦਾ ਹੈ ਅਤੇ ਲਿਖਿਆ ਜਾਂਦਾ ਹੈ ਇਹ ਜੁਰਮਾਨਾ ਮਿਤੀ 29 ਤਰਵੰਧ 2023 ਤੱਕ ਭਰਨਾ ਜਿਹੜਾ ਜਕੀਦੀ ਬਣਾਇਆ ਜਾਵੇ ਜੁਰਮਾਨਾ ਨਿਸ਼ਚਿਤ ਮਿਤੀ ਤੱਕ ਨਾ ਭਰਨ ਦੀ ਸੂਰਤ ਦੇ ਵਿੱਚ ਸਕੂਲ ਦੇ RTE ਐਕਟ 2009 ਅਧੀਨ ਜਿਹੜੀ ਮਾਨਤਾ ਹੈ ਉਹ ਰੱਦ ਕਰਦੇ ਹੋਏ 31 3 2023 ਨੂੰ ਸਕੂਲ ਦਾ ਜੁੜਾ ਜਿਹੜਾ ਕੋਡ ਹੈ ਉਹ ਰੱਦ ਕਰ ਦਿੱਤਾ ਜਾਵੇਗਾ ਇਹ ਜਿਹੜਾ ਨੋਟੀਫਿਕੇਸ਼ਨ ਹੈ ਅਫਸਰ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ। ਤਾਂ ਇਹ ਜਿਹੜਾ ਮੇਨ ਕਾਰਨ ਹੈ ਉਹ ਸਿੱਖਿਆ ਅਫਸਰ ਨੇ ਦੱਸਿਆ ਕਿ ਦਫ਼ਤਰ ਦੇ ਪੱਤਰ ਰਾਹੀਂ 15 ਮਾਰਚ 2023 15 ਅਤੇ 23 ਦੇ ਸਬੰਧ ਵਿੱਚ ਜ਼ਿਲ੍ਹੇ ਦੇ ਸਕੂਲਾਂ ਨੂੰ ਹਰ ਸਾਲ ਦੀ ਤਰ੍ਹਾਂ ਵਿਸ਼ਾ ਅੰਕਿਤ ਜਿਹੜਾ ਸਰਟੀਫਿਕੇਟ ਹੈ ਜੋ ਆਰਟੀਈ ਦੇ ਨਿਯਮ ਨੇ ਇਹਨਾਂ ਦੇ ਅਨੁਸਾਰ 30 ਅਪ੍ਰੈਲ 2022 ਤੱਕ ਇਸ ਦਫ਼ਤਰ ਨੂੰ ਜਮ੍ਹਾਂ ਕਰਵਾਉਣੇ ਸਨ। ਪਰ ਬਹੁਤੇ ਸਕੂਲਾਂ ਨੇ ਇਹ ਸਰਟੀਫਿਕੇਟ ਜਿਹੜੇ ਇਸ ਦਫ਼ਤਰ ਨੂੰ ਜਮ੍ਹਾਂ ਨਹੀਂ ਕਰਵਾਈ। ਇਸ ਕਰਕੇ ਨਿਯਮਾਂ ਦੀ ਉਲੰਘਣਾ ਹੋਈ ਹੈ ਜਿਸ ਕਰਕੇ ਕਿੰਨਾ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਜੁਰਮਾਨਾ ਵੀ ਕੀਤਾ ਗਿਆ ਹੈ ਕਈ ਸਕੂਲਾਂ ਨੂੰ ਅਜੇ ਮੌਕਾ ਜਿਹੜਾ ਦਿੱਤਾ ਗਿਆ ਤਾਂ ਇਸ ਤੋਂ ਲਾਭ ਇਹਨਾਂ ਦਾ ਜੁੜਾਈਸ ਜਿਹੜਾ ਕੋਡ ਹੈ ਉਹ ਵੀ ਰੱਦ ਕਰ ਦਿੱਤਾ ਗਿਆ ਤਾਂ ਇਹ ਜਿਹੜੀ ਲੇਟੈਸਟ ਅਪਡੇਟ ਆਈ ਹੈ ਬਾਕੀ ਅੱਗੇ ਜੋ ਅਪਡੇਟਸ ਆਉਂਦੇ ਰਹਿਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ